ਸਾਡੇ ਦੇਸ਼ ਵਿੱਚ ਬਹੁਤ ਸਾਰੇ ਲੋਕ ਅਪਾਹਿਜ, ਬੇਸਹਾਰਾ ਅਤੇ ਮੰਦਬੁੱਧੀ ਵਾਲੇ ਹਨ। ਰੱਬ ਦੀ ਕਰੋਪੀ ਦਾ ਸ਼ਿਕਾਰ ਇਹ ਲੋਕ ਜਦੋਂ ਕੋਈ ਕਾਰਜ ਕਰਦੇ ਹਨ ਤਾਂ ਸਮਾਜ ਲਈ ਸੇਧ ਬਣ ਅੱਗੇ ਆਉਂਦੇ ਹਨ। ਇਹਨਾਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਸਮਾਜ ਨਾਲੋਂ ਟੁੱਟ ਚੁੱਕੇ ਬੱਚੇ ਆਪਣੀ ਹੀ ਦੁਨੀਆ ਵਿੱਚ ਲੋਕਾਂ ਨੂੰ ਚਾਨਣ ਦੇਣ ਵਾਲੀਆਂ ਮੋਮਬੱਤੀਆਂ ਤਿਆਰ ਕਰ ਰਹੇ ਹਨ। ਇਹ ਬੱਚੇ ਪਟਿਆਲਾ ਦੀ ਇੱਕ ਨਿੱਜੀ ਸੰਸਥਾ ਦੁਆਰਾ ਚਲਾਏ ਜਾਂਦੇ ਸਕੂਲ ਵਿੱਚ ਪੜ੍ਹਦੇ ਹਨ ਅਤੇ ਨਾਲ ਹੀ ਇਹਨਾਂ ਨੂੰ ਇੱਥੇ ਹੱਥ ਦਾ ਹੁਨਰ ਵੀ ਸਿਖਾਇਆ ਜਾਂਦਾ ਹੈ, ਜਿਸ ਨਾਲ ਉਹ ਆਪਣਾ ਜੀਵਨ ਗੁਜ਼ਾਰ ਸਕਣ। ਇਹਨਾਂ ਮੋਮਬੱਤੀਆਂ ਨੂੰ ਬਣਾਉਣ ਲਈ ਬੱਚਿਆਂ ਨੂੰ ਪਹਿਲਾਂ ਸਿਖਾਇਆ ਜਾਂਦਾ ਹੈ, ਜਿਸ ਤੋਂ ਬਾਅਦ ਉਹ ਇਹਨਾਂ ਮੋਮਬੱਤੀਆਂ ਨੂੰ ਵੱਖ ਵੱਖ ਡਿਜ਼ਾਈਨਾਂ ਵਿੱਚ ਤਿਆਰ ਕਰਦੇ ਹਨ। ਲਗਭਗ 50 ਤੋਂ ਜ਼ਿਆਦਾ ਕਿਸਮ ਦੀਆਂ ਮੋਮਬੱਤੀਆਂ ਨੂੰ ਇਹਨਾਂ ਵੱਲੋਂ ਤਿਆਰ ਕੀਤਾ ਜਾਂਦਾ ਹੈ ਅਤੇ ਇਹਨਾਂ ਨੂੰ ਵੇਚਣ ਲਈ ਵੱਡੇ ਸਕੂਲਾਂ ਵਿੱਚ ਨੁਮਾਇਸ਼ ਵੀ ਲਗਾਈ ਜਾਂਦੀ ਹੈ। ਪ੍ਰਿੰਸੀਪਲ ਮੈਡਮ ਦੇ ਅਨੁਸਾਰ ਹਰ ਸਾਲ ਉਹ ਦੀਵਾਲੀ ਉੱਤੇ ਚਾਨਣ ਕਰਨ ਵਾਲੀਆਂ ਮੋਮਬੱਤੀਆਂ ਨੂੰ ਬਣਾਉਂਦੇ ਹਨ ਅਤੇ ਇਹਨਾਂ ਦੀ ਡਿਮਾਂਡ ਹਰ ਸਾਲ ਵੱਧਦੀ ਜਾਂਦੀ ਹੈ। ਇਸ ਸਾਲ ਵੀ ਲਗਭਗ 12 ਕੁਇੰਟਲ ਦੇ ਕਰੀਬ ਵੈਕਸ ਨਾਲ ਮੋਮਬੱਤੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ। ਉਹਨਾਂ ਨੂੰ ਇਸ ਕੰਮ ਵਿੱਚ 50% ਤੱਕ ਕਮਾਈ ਹੋ ਜਾਂਦੀ ਹੈ, ਜਿਸ ਨੂੰ ਬੱਚਿਆਂ ਉੱਤੇ ਹੀ ਖਰਚ ਕੀਤਾ ਜਾਂਦਾ ਹੈ। ਇਹ ਜੋ ਸਪੈਸ਼ਲ ਬੱਚੇ ਹਮਾਰੇ ਬਲਾਈਂਡ ਬੱਚੇ ਹੈ ਮੇਰੇ ਪਾਸ ਔਰ ਡੈਫ ਬੱਚੇ ਹੈ, ਤੋ ਐਜੂਕੇਸ਼ਨ ਸਿਸਟਮ ਇਨਕਾ ਬਹੁਤ ਜ਼ਿਆਦਾ ਡੈਵਲਪ ਨਹੀਂ ਹੋ ਪਾਤਾ, ਤੋ ਹਮੇ ਜ਼ਰੂਰਤ ਹੈ ਇਨਕੋ ਪੂਰਾ ਰੀਹੈਬਿਲੀਟੇਟ ਕਰਨੇ ਕੀ, ਤੋ ਹਮ ਸਾਥ ਮੇ ਵੋਕੇਸ਼ਨਲ ਪਾਰਟ ਇਨਕਾ ਸਾਥ ਮੇ ਜਾਰੀ ਰੱਖਤੇ ਹੈ, ਜਿਸ ਮੇ ਹਮਾਰਾ ਸਭੀ ਟਾਈਪ ਕਾ ਆਰਟ ਐਂਡ ਕ੍ਰਾਫਟ ਕਾ ਕਾਮ ਹੈ, ਸਟਿਚਿੰਗ ਕਾ ਕਾਮ ਹੈ, ਪੇਪਰ ਬੈਗ ਮੇਕਿੰਗ ਹੈ, ਆਪਣੇ ਉੱਪਰ ਦੇਖਾ ਖੱਡੀ ਕਾ ਕਾਮ ਹੈ, ਜਾਂ ਜੋ ਵੀ ਕ੍ਰਾਫਟ ਕਾ ਕਾਮ ਹਮ ਇਨਕੋ ਸਿਖਾ ਸਕਤੇ ਹੈ ਜਾਂ ਇਨਕੋ ਅਰਨਿੰਗ ਹੈਂਡ ਬਣਾ ਸਕਤੇ, ਵੋ ਹਮਾਰੇ ਪੂਰੇ ਐਫਰਟਸ ਹੈ, ਤਾਂ ਕਿ ਇਹ ਬੱਚੇ ਜਬ ਯਹਾਂ ਸੇ ਜਾਏ ਤੋ ਬਹੁਤ ਕੁਛ ਸੀਖ ਕੇ ਜਾਏ ਔਰ ਇਨਕੇ ਹਾਥ ਮੇ ਇੱਕ ਟੈਲੈਂਟ ਹੋ, ਤਾਂ ਕਿ ਆਪਣੀ ਅਰਨਿੰਗ ਕਰ ਸਕੇ, ਆਪਣੀ ਰੋਟੀ ਕਮਾ ਸਕੇ ਔਰ ਘਰ ਮੇ ਫਰੀ ਨਾ ਬੈਠੇ, ਇਹੀ ਹਮਾਰਾ ਮੋਟਿਵ ਹੈ। ਸਕੂਲ ਵਿੱਚ ਫਰਾਂਸ ਦੀ ਨਾਗਰਿਕ ਇੰਨਾ ਵੀ ਇਹਨਾਂ ਬੱਚਿਆਂ ਦੇ ਹੌਸਲੇ ਨੂੰ ਵੇਖ ਕੇ ਹੈਰਾਨ ਹੈ। ਉਹ ਚੈਰਿਟੀ ਲਈ ਇੱਥੇ ਆਈ ਹੋਈ ਹੈ ਅਤੇ ਵੱਖ ਵੱਖ ਭਾਸ਼ਾਵਾਂ ਨੂੰ ਸਿੱਖਣਾ ਚਾਹੁੰਦੀ ਹੈ, ਇਸ ਲਈ ਉਹ ਇੱਥੇ ਸਪੈਸ਼ਲ ਬੱਚਿਆਂ ਵੱਲੋਂ ਬੋਲੀ ਜਾਂਦੀ ਭਾਸ਼ਾ ਨੂੰ ਸਿੱਖ ਰਹੀ ਹੈ। ਸੋ ਆਈ ਐਮ ਐਨ ਟਿਫਨ ਮੋਹਿਸ, ਆਈ ਕਮ ਫਰੋਮ ਫਰਾਂਸ, ਆਈ ਕਮ ਟੂ ਯੋਰ ਕੰਟਰੀ ਬਿਕਾਜ਼ ਆਈ ਥਿੰਕ ਯੂ ਹੈਵ ਅ ਲੋਟ ਟੂ ਟੀਚ ਅਦਰ ਪੀਪਲ, ਯੂ ਨੋ ਵੈਸਟਰਨ ਪੀਪਲ ਥਿੰਕ ਦੇ ਨੋ ਅ ਲੋਟ ਬਟ ਯੋਰ ਕੰਟਰੀ ਨੋ ਵੇ ਮੋਰ, ਸੋ ਆਈ ਵਾਂਟ ਟੂ ਚੇਂਜ ਦ ਵੇ ਦੇ ਵਿਊ ਯੋਰ ਕੰਟਰੀ and the children and the schools and how you treat elders, because I believe it's so much better here. I think it's so good, everything they do, everything they create upstairs is really really nice, and it gives them a knowledge, so no, it's really nice, it's really good. I have to learn sign language again because our sign language in Europe and America are different from here, so they're helping me a lot and I like to talk with the kids. ਸਪੈਸ਼ਲ ਬੱਚਿਆਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਕੰਮ ਕਰਨਾ ਚੰਗਾ ਲੱਗਦਾ ਹੈ, ਉਹਨਾਂ ਦੇ ਕਈ ਸੁਪਨੇ ਹਨ। ਇੱਕ ਬੱਚੇ ਦੀਆਂ ਅੱਖਾਂ ਨਾ ਹੋਣ ਦੇ ਬਾਵਜੂਦ ਵੀ ਉਹ ਪਾਇਲਟ ਬਣਨ ਦਾ ਸੁਪਨਾ ਆਪਣੇ ਦਿਲ ਵਿੱਚ ਰੱਖੀ ਬੈਠਾ ਹੈ ਅਤੇ ਆਪਣੀ ਪੜ੍ਹਾਈ ਕਰਦਾ ਹੈ। ਕਿਤੇ ਨਾ ਕਿਤੇ ਇਹ ਬੱਚਾ ਲੋਕਾਂ ਨੂੰ ਸੰਦੇਸ਼ ਵੀ ਦੇ ਰਿਹਾ ਹੈ ਕਿ ਕੋਸ਼ਿਸ਼ ਹਰ ਇੱਕ ਨੂੰ ਕਰਨੀ ਚਾਹੀਦੀ ਹੈ। ਗਾਣੇ ਵੀ ਸੁਣਦੇ ਹੋ? ਕੋਈ ਗਾਤਾ ਵੀ ਹੈ? ਕੋਈ ਗਾਣਾ ਗੁਣਗੁਣਾਓਗੇ? ਹਾਂਜੀ, ਪਲੀਜ਼ ਗੁਣਗੁਣਾਓ, ਆਪ ਸੁਣਨਾ ਚਾਹਤੇ ਹੈ ਐਕਚੁਅਲੀ। ਸੁਵੇਲੀ ਅੱਖਿਓ ਵਾਲੇ ਸੁਣਾ ਤੇਰੀ ਅੱਖਿਓ ਸੇ ਬੈਠੀ ਹੈ ਨੀਂਦੇ
ओनली टू मी सपने, कभी तो किनारे पे उतर मेरे सपनों से, आजा जमीन पे और मिल जा कहीं पे, मिल जा कहीं समय से परे, समय से परे मिल जा कहीं। वेरी गुड, वेरी गुड बेटा। इस दे नाल ही नवदीप नाम दी कुड़ी दे अनुसार वो अपने स्कूल विच मोमबत्तियां बना रही है, पर उस दा सुपना कुछ होर ही है। NAVDEEP नवदीप। नवदीप, आप कैंडल बना रहे हो, कैसा लग रहा है, कब से आप ये आपने ये तैयार स्टार्ट किया था? टेन ईयर हो गए तब से ये यहीं पे और कर रही है। कैसे लगता है आपको? अच्छा लगता है, बहुत अच्छा लगता है, कुछ न्यू सीखने को मिल रहा है। क्या जब यहाँ से आप जाओगे तो तब भी यही काम करोगे अपनी क्या कहते हैं उसको अर्निंग के लिए? ये तो ऐसा है, मतलब इसके और जैसे इंटरेस्ट किसी और में है तो उसके अकॉर्डिंग होता है। क्या ड्रीम, क्या ड्रीम है आपका? कोर्स करना चाहती है सिलाई वगैरह का, स्टिचिंग का। ये बच्चे समाज ते उना लोका लई करारी चपेड़ हन जो परमात्मा वल्लों बख्शे सारे अंगां दे बावजूद भी मेहनत नहीं करते। इन्हां बच्चियां कोलों सानू सीध लै के अपने जीवन विच मेहनत करनी चाहिए है। स्पोक्समैन टीवी दे लई पटियाला तों हरविंदर सिंह कुकू दी रिपोर्ट।